ਹੈਲੋ ਏਵਰੀਵਨ, ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਯੂਟਿਊਬ ਚੈਨਲ ਇਟਸ ਜੀਕੇ ਗੁਰੂ ਜੀ 'ਤੇ। ਹਾਂਜੀ ਸਾਥੀਓ, ਅੱਜ ਦੀ ਵੀਡੀਓ 'ਚ ਅਸੀਂ ਜੀਕੇ ਦੇ ਕੁਝ ਇੰਪੋਰਟੈਂਟ MCQ ਡਿਸਕਸ ਕਰਾਂਗੇ ਜਿਹੜੇ ਕਿ ਤੁਹਾਡੇ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਸਾਬਿਤ ਹੋਣਗੇ। ਹਾਂਜੀ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਾਰਡ ਅਟੈਂਡੈਂਟ ਦਾ ਐਗਜ਼ਾਮ 28 ਨਵੰਬਰ ਨੂੰ ਹੋਣ ਵਾਲਾ ਹੈ। ਇਸ ਲਈ ਅਸੀਂ ਤੁਹਾਡੇ ਲਈ ਵਾਰਡ ਅਟੈਂਡੈਂਟ ਦੀ ਮੈਰਾਥਨ ਕਲਾਸ ਜਿਹੜੀ ਕਿ 4 ਘੰਟਿਆਂ ਦੀ ਹੈਗੀ ਹੈ ਅਪਲੋਡ ਕੀਤੀ ਹੋਈ ਹੈ, ਜਿਸ ਵਿੱਚ 8th ਲੈਵਲ ਦੀ GK, ਹੋਮ ਬੇਸਡ ਕੇਅਰ ਅਤੇ ਹੋਸਪਿਟਲ ਬੇਸਡ ਕੇਅਰ ਦੇ ਇੰਪੋਰਟੈਂਟ MCQ ਉਸ ਵਿੱਚ ਕਵਰ ਕਰਾਏ ਹੋਏ ਨੇ। ਇਸ ਤੋਂ ਇਲਾਵਾ ਤੁਹਾਡੇ ਲਈ ਗੈਸਟ ਪੇਪਰ ਵੀ ਅਪਲੋਡ ਹੈ ਅਤੇ ਚੈਨਲ 'ਤੇ ਕਾਫੀ ਵਾਰਡ ਅਟੈਂਡ ਦੀ ਵੀਡੀਓ ਅਪਲੋਡ ਨੇ। ਹਾਂਜੀ, ਜਿਨ੍ਹਾਂ ਸਾਥੀਆਂ ਨੇ ਮੈਰਾਥਨ ਵਾਲੀ ਕਲਾਸ ਨਹੀਂ ਵੇਖੀ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬੋਕਸ 'ਚ ਤੁਹਾਨੂੰ ਲਿੰਕ ਮਿਲ ਜਾਏਗਾ। ਉੱਥੋਂ ਜਾ ਕੇ ਤੁਸੀਂ ਐਗਜ਼ਾਮ ਤੋਂ ਪਹਿਲਾਂ 3-4 ਵਾਰ ਉਹ ਮੈਰਾਥਨ ਵਾਲੀ ਕਲਾਸ ਜ਼ਰੂਰ ਵੇਖਣੀ ਹੈ। ਹਾਂਜੀ, ਅੱਜ ਦੀ ਵੀਡੀਓ ਵਿੱਚ ਵੀ ਆਪਾਂ GK ਦੇ ਇੰਪੋਰਟੈਂਟ MCQ ਕਵਰ ਕਰਾਂਗੇ। ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੂੰ। ਹਾਂਜੀ, ਸਟਾਰਟ ਕਰਦੇ ਹਾਂ ਫਸਟ ਕੁਸ਼ਚਨ ਤੋਂ। ਫਸਟ ਕੁਸ਼ਚਨ ਆਪਣਾ ਦਿੱਤਾ ਹੋਇਆ ਹੈ, ਪਿੰਕ ਸਿਟੀ ਆਫ ਇੰਡੀਆ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ। ਸਾਡੇ ਕੋਲ 4 ਆਪਸ਼ਨ ਦਿੱਤੇ ਹੋਏ ਨੇ। ਫਸਟ ਹੈਗਾ ਜੀ ਅੰਮ੍ਰਿਤਸਰ, ਸੈਕਿੰਡ ਆਪਸ਼ਨ ਹੈਗਾ ਜੈਪੁਰ, ਥਰਡ ਆਪਸ਼ਨ ਹੈਗਾ ਜੀ ਕੋਲਕਾਤਾ ਅਤੇ ਫੋਰਥ ਹੈਗਾ ਜੀ ਜਮਸ਼ੇਦਪੁਰ। ਹਾਂਜੀ, ਕੁਸ਼ਚਨ ਵਿੱਚ ਦਿੱਤਾ ਹੈ ਪਿੰਕ ਸਿਟੀ ਆਫ ਇੰਡੀਆ, ਤਾਂ ਪਿੰਕ ਸਿਟੀ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਜੀ? ਜੈਪੁਰ ਨੂੰ। ਇਸ ਕੁਸ਼ਚਨ ਦਾ ਆਪਸ਼ਨ ਨੰਬਰ ਬੀ ਆਪਣਾ ਕਰੈਕਟ ਹੋ ਜਾਵੇਗਾ। ਹੁਣ ਆਪਾਂ ਕੁਸ਼ਚਨ ਨਾਲ ਰਿਲੇਟਿਡ ਪੁਆਇੰਟ ਵੀ ਪੜ੍ਹ ਲੈਂਦੇ ਹਾਂ। ਜੈਪੁਰ ਰਾਜਸਥਾਨ ਦੀ ਰਾਜਧਾਨੀ ਹੈ। ਇਸ ਦੀ ਸਥਾਪਨਾ ਰਾਜਾ ਸਵਾਈ ਜੇ ਸਿੰਘ, ਜਿਹੜੇ ਕਿ ਇੱਕ ਖਗੋਲ ਵਿਗਿਆਨਿਕ ਸੀ, ਉਹਨਾਂ ਨੇ 1727 ਵਿੱਚ ਇਸ ਦੀ ਸਥਾਪਨਾ ਕੀਤੀ ਸੀ ਅਤੇ ਉਹਨਾਂ ਨੇ 1853 ਈਸਵੀ ਵਿੱਚ ਪ੍ਰਿੰਸ ਆਫ ਵੈਲਸ ਦੇ ਆਉਣ ਦੀ ਖੁਸ਼ੀ ਵਿੱਚ ਜੈਪੁਰ ਸ਼ਹਿਰ ਨੂੰ ਗੁਲਾਬੀ ਰੰਗ ਕਰਵਾਇਆ ਸੀ। ਇਸ ਕਰਕੇ ਅੱਜ ਵੀ ਪੁਰਾਣਾ ਜੈਪੁਰ ਸ਼ਹਿਰ ਗੁਲਾਬੀ ਰੰਗ ਵਿੱਚ ਵੇਖਿਆ ਜਾ ਸਕਦਾ ਹੈ। ਜੈਪੁਰ ਨੂੰ ਭਾਰਤ ਦਾ ਪੈਰਿਸ ਵੀ ਕਿਹਾ ਜਾਂਦਾ ਹੈ। ਜੈਪੁਰ ਨੂੰ ਪੂਰਬ ਦਾ ਪੈਰਿਸ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਰਾਜਸਥਾਨ ਦਾ ਹੈਰੀਟੇਜ ਵੀ ਕਿਹਾ ਜਾਂਦਾ ਹੈ। ਪੰਨਾ ਨਗਰੀ ਅਤੇ ਰਤਨਾਗਿਰੀ ਵੀ ਇਹਨੂੰ ਕਿਹਾ ਜਾਂਦਾ ਹੈ। ਚੱਲਦੇ ਹਾਂ ਜੀ ਨੈਕਸਟ ਕੁਸ਼ਚਨ ਵੱਲ। ਆਪਣਾ ਨੈਕਸਟ ਕੁਸ਼ਚਨ ਦਿੱਤਾ ਹੋਇਆ ਹੈ, ਸ਼ੁੱਧ ਸੋਨਾ ਕਿੰਨੇ ਕੈਰੇਟ ਦਾ ਹੁੰਦਾ ਹੈ? ਹਾਂਜੀ, ਇਹ ਕੁਸ਼ਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। 4 ਆਪਸ਼ਨ ਨੇ ਆਪਣੇ ਕੋਲ। ਫਸਟ ਹੈਗਾ ਜੀ 24 ਕੈਰੇਟ, ਸੈਕਿੰਡ ਆਪਸ਼ਨ ਹੈਗਾ 22 ਕੈਰੇਟ, ਥਰਡ ਆਪਸ਼ਨ ਹੈਗਾ 18 ਕੈਰੇਟ ਅਤੇ ਫੋਰਥ ਆਪਸ਼ਨ ਦਿੱਤਾ 16 ਕੈਰੇਟ। ਹਾਂਜੀ, ਆਪਾਂ ਦੱਸਣਾ ਹੈ ਕਿ ਸ਼ੁੱਧ ਸੋਨਾ ਕਿੰਨੇ ਕੈਰੇਟ ਦਾ ਹੁੰਦਾ ਹੈ? ਹਾਂਜੀ, ਸ਼ੁੱਧ ਸੋਨਾ ਹੁੰਦਾ ਹੈ ਜੀ 24 ਕੈਰੇਟ ਦਾ। ਇਸ ਕੁਸ਼ਚਨ ਦਾ ਆਪਸ਼ਨ ਨੰਬਰ ਫਸਟ ਆਪਣਾ ਕਰੈਕਟ ਹੋ ਜਾਵੇਗਾ। ਹੁਣ ਕੁਸ਼ਚਨ ਨਾਲ ਰਿਲੇਟਿਡ ਪੁਆਇੰਟ ਵੀ ਆਪਾਂ ਪੜ੍ਹ ਲੈਂਦੇ ਹਾਂ। ਭਾਰਤ ਵਿੱਚ ਗਹਿਣੇ 22 ਕੈਰੇਟ ਸੋਨੇ ਤੋਂ ਬਣਾਏ ਜਾਂਦੇ ਨੇ, ਪਰ ਆਮ ਤੌਰ 'ਤੇ ਗਹਿਣਿਆਂ ਵਿੱਚ 18 ਕੈਰੇਟ ਸੋਨਾ ਜਿਹੜਾ ਵਰਤਿਆ ਜਾਂਦਾ ਹੈ। ਗਹਿਣੇ ਬਣਾਉਣ ਵਿੱਚ ਸੋਨੇ ਨਾਲ ਤਾਂਬਾ ਵੀ ਉਪਯੋਗ ਕੀਤਾ ਜਾਂਦਾ ਹੈ। 24 ਕੈਰੇਟ ਵਿੱਚ 4.80 ਗ੍ਰਾਮ ਸੋਨਾ ਹੁੰਦਾ ਹੈ। ਹਾਂਜੀ, 24 ਕੈਰੇਟ ਵਿੱਚ 4.80 ਗ੍ਰਾਮ ਜਿਹੜਾ ਸੋਨਾ ਯੂਜ਼ ਹੁੰਦਾ ਹੈ। ਚੱਲਦੇ ਹਾਂ ਜੀ ਨੈਕਸਟ ਕੁਸ਼ਚਨ ਵੱਲ। ਆਪਣਾ ਨੈਕਸਟ ਕੁਸ਼ਚਨ ਦਿੱਤਾ ਹੋਇਆ, ਭਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀ? 4 ਆਪਸ਼ਨ ਨੇ। ਫਸਟ ਹੈਗਾ ਜੀ ਸ਼ੰਕਰਾਚਾਰਿਆ, ਸੈਕਿੰਡ ਆਪਸ਼ਨ ਹੈਗਾ ਰਾਮਾਨੁਜ, ਥਰਡ ਆਪਸ਼ਨ ਦਿੱਤਾ ਚੇਤਨੀਏ ਮਹਾਪ੍ਰਭੂ ਅਤੇ ਫੋਰਥ ਹੈਗਾ ਰਾਮਾਨੰਦ। ਹਾਂਜੀ, ਕੁਸ਼ਚਨ ਹੈਗਾ ਭਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀ? ਤਾਂ ਭਗਤੀ ਅੰਦੋਲਨ ਦਾ ਸੰਸਥਾਪਕ ਸੀ ਸ਼ੰਕਰਾਚਾਰਿਆ। ਇਸ ਕੁਸ਼ਚਨ ਦਾ ਆਪਸ਼ਨ ਨੰਬਰ ਫਸਟ ਆਪਣਾ ਕਰੈਕਟ ਹੋ ਜਾਵੇਗਾ। ਕੁਸ਼ਚਨ ਨਾਲ ਰਿਲੇਟਿਡ ਪੁਆਇੰਟ ਵੀ ਪੜ੍ਹ ਲੈਂਦੇ ਹਾਂ। ਹਾਂਜੀ, ਹਰਸ਼ਵਰਧਨ ਦੇ ਸਮੇਂ ਦੱਖਣ ਭਾਰਤ ਤੋਂ ਭਗਤੀ ਅੰਦੋਲਨ ਦੀ ਜਿਹੜੀ ਸ਼ੁਰੂਆਤ ਹੋਈ ਸੀ, ਇਸ ਦੇ ਸੰਸਥਾਪਕ ਸ਼ੰਕਰਾਚਾਰਿਆ ਜਿਹੜੇ ਕਿ ਕੇਰਲ ਦੇ ਰਹਿਣ ਵਾਲੇ ਸਨ, ਇਹਨਾਂ ਦੇ ਵਿਚਾਰਾਂ ਨੂੰ ਅਦਵੈਤ ਦਰਸ਼ਨ ਵੀ ਕਿਹਾ ਜਾਂਦਾ ਸੀ। ਫਿਰ ਤੋਂ ਰਿਪੀਟ ਕਰ ਦਿੰਦੇ ਹਾਂ ਜੀ, ਇਹਨਾਂ ਦੇ ਵਿਚਾਰਾਂ ਨੂੰ ਅਦਵੈਤ ਦਰਸ਼ਨ ਵੀ ਕਿਹਾ ਜਾਂਦਾ ਸੀ। ਇਹਨਾਂ ਨੇ ਗਿਆਨ ਮਾਰਗ ਨੂੰ ਮੁਕਤੀ ਪ੍ਰਾਪਤੀ ਦਾ ਸਾਧਨ ਦੱਸਿਆ ਸੀ। ਚੱਲਦੇ ਹਾਂ ਨੈਕਸਟ ਕੁਸ਼ਚਨ ਵੱਲ। ਆਪਣਾ ਨੈਕਸਟ ਕੁਸ਼ਚਨ ਹੈਗਾ, ਕਿਹੜੇ ਮੁਗਲ ਸ਼ਾਸਕ ਨੇ ਆਪਣੀ ਆਤਮਕਥਾ ਲਿਖੀ ਸੀ? 4 ਆਪਸ਼ਨ ਦਿੱਤੇ ਹੋਏ ਨੇ। ਫਸਟ ਹੈਗਾ ਜੀ ਅਕਬਰ, ਸੈਕਿੰਡ ਆਪਸ਼ਨ ਹੈਗਾ ਹਮਾਯੂ, ਥਰਡ ਆਪਸ਼ਨ ਹੈਗਾ ਜੀ ਸ਼ਾਹਜਹਾਂ ਅਤੇ ਫੋਰਥ ਆਪਣਾ ਦਿੱਤਾ ਹੋਇਆ ਬਾਬਰ। ਜੀ ਆਪਾਂ ਦੱਸਣਾ ਹੈ ਕਿ ਕਿਹੜੇ ਮੁਗਲ ਸ਼ਾਸਕ ਨੇ ਆਪਣੀ ਜਿਹੜੀ ਆਤਮਕਥਾ ਲਿਖੀ ਸੀ, ਤਾਂ ਇਸ ਕੁਸ਼ਚਨ ਦਾ ਆਪਣਾ ਕਰੈਕਟ ਆਂਸਰ ਹੋ ਜਾਵੇਗਾ ਆਪਸ਼ਨ ਨੰਬਰ ਜਿਹੜਾ ਡੀ ਦਿੱਤਾ ਹੋਇਆ ਬਾਬਰ। ਬਾਬਰ ਨੇ ਜਿਹੜੀ ਆਪਣੀ ਆਤਮਕਥਾ ਲਿਖੀ ਸੀ। ਹਾਂਜੀ, ਬਾਬਰ ਦੀ ਆਤਮਕਥਾ ਦਾ ਨਾਂ ਕੀ ਸੀ ਜੀ? ਤੁਜਕ ਏ ਬਾਬਰੀ। ਇਹ ਤੁਰਕੀ ਭਾਸ਼ਾ ਵਿੱਚ ਲਿਖੀ ਗਈ ਸੀ। ਚਿੱਤਰਕਾਰੀ ਨਾਲ ਪਿਆਰ ਹੋਣ ਕਰਕੇ ਇਸ ਨੂੰ ਚਿੱਤਰਿਕ ਵੀ ਕਰਵਾਇਆ ਸੀ। ਹਾਂਜੀ, ਇਸ ਦੀ ਰਚਨਾ ਗਣਨਾ ਸੰਸਾਰ ਦੀਆਂ ਪ੍ਰਸਿੱਧ ਆਤਮਕਥਾਵਾਂ ਵਿੱਚ ਕੀਤੀ ਜਾਂਦੀ ਹੈ। ਇਸ ਨੂੰ ਬਾਬਰਨਾਮਾ ਵੀ ਕਿਹਾ ਜਾਂਦਾ ਹੈ। ਜਹਾਂਗੀਰ ਦੀ ਗੱਲ ਕਰੀਏ ਤਾਂ ਜਹਾਂਗੀਰ ਨੇ ਆਪਣੀ ਆਤਮਕਥਾ ਤੁਜਕ ਏ ਜਹਾਂਗੀਰੀ ਜਿਹੜੀ ਕਿ ਫਾਰਸੀ ਭਾਸ਼ਾ ਵਿੱਚ ਲਿਖੀ ਸੀ।
ਇਸ ਤੋਂ ਇਲਾਵਾ ਹਿਮਾਯੂ ਦੀ ਭੈਣ ਗੁਲਬਦਨ ਬੇਗਮ ਨੇ ਹਿਮਾਯੂ ਨਾਮਾ ਦੀ ਰਚਨਾ ਕੀਤੀ ਸੀ। ਚਲਦੇ ਹਾਂ ਨੈਕਸਟ ਕੁਸ਼ਚਨ ਵੱਲ। ਆਪਣਾ ਨੈਕਸਟ ਕੁਸ਼ਚਨ ਦਿੱਤਾ ਹੋਇਆ ਜੀ, ਐਲੀਸਾ ਟੈਸਟ ਦਾ ਸੰਬੰਧ ਕਿਹੜੇ ਰੋਗ ਨਾਲ ਹੈ? ਚਾਰ ਆਪਸ਼ਨ ਨੇ, ਫਸਟ ਹੈਗਾ ਜੀ ਏਡਜ਼, ਸੈਕਿੰਡ ਆਪਸ਼ਨ ਹੈਗਾ ਟੀਬੀ, ਥਰਡ ਆਪਸ਼ਨ ਦਿੱਤਾ ਹੈ ਹੈਜਾ, ਅਤੇ ਫੋਰਥ ਹੈਗਾ ਕੈਂਸਰ। ਜੀ ਸਾਰਿਆਂ ਨੂੰ ਪਤਾ ਹੋਣਾ ਹੈ ਕਿ ਐਲੀਸਾ ਟੈਸਟ ਦਾ ਸੰਬੰਧ ਕਿਹੜੇ ਰੋਗ ਨਾਲ ਹੈ, ਤਾਂ ਇਸ ਕੁਸ਼ਚਨ ਦਾ ਆਪਸ਼ਨ ਨੰਬਰ ਫਸਟ ਆਪਣਾ ਕੁਰੈਕਟ ਹੋ ਜਾਵੇਗਾ, ਏਡਜ਼। ਚਲਦੇ ਹਾਂ ਨੈਕਸਟ ਕੁਸ਼ਚਨ ਵੱਲ। ਆਪਣਾ ਨੈਕਸਟ ਕੁਸ਼ਚਨ ਦਿੱਤਾ ਹੋਇਆ ਜੀ, ਪੂਰਾ ਕੋਇਲਾ ਕਿਸ ਨੂੰ ਕਿਹਾ ਜਾਂਦਾ ਹੈ? ਕੁਸ਼ਚਨ ਵੈਰੀ ਇੰਪੋਰਟੈਂਟ ਹੈਗਾ ਜੀ, ਪੂਰਾ ਕੋਇਲਾ ਕਿਸ ਨੂੰ ਕਿਹਾ ਜਾਂਦਾ? ਚਾਰ ਆਪਸ਼ਨ ਨੇ, ਫਸਟ ਹੈਗਾ ਪੀਟ, ਸੈਕਿੰਡ ਆਪਸ਼ਨ ਦਿੱਤਾ ਹੈ ਲਿਗਨਾਈਟ, ਥਰਡ ਆਪਸ਼ਨ ਹੈਗਾ ਜੀ ਡੀਜ਼ਲ, ਅਤੇ ਫੋਰਥ ਹੈਗਾ ਅਬਰਕ। ਜੀ ਪੂਰਾ ਕੋਇਲਾ, ਪੂਰਾ ਕੋਇਲਾ ਕਿਹਾ ਜਾਂਦਾ ਜੀ ਲਿਗਨਾਈਟ ਨੂੰ। ਇਸ ਕੁਸ਼ਚਨ ਦਾ ਆਪਸ਼ਨ ਨੰਬਰ ਬੀ ਆਪਣਾ ਕੁਰੈਕਟ ਹੋ ਜਾਵੇਗਾ। ਹੁਣ ਆਪਾਂ ਕੁਸ਼ਚਨ ਨਾਲ ਰਿਲੇਟਡ ਪੁਆਇੰਟ ਵੀ ਪੜ੍ਹ ਲੈਂਦੇ ਹਾਂ। ਹਾਂਜੀ, ਕੋਇਲਾ ਚਾਰ ਕਿਸਮ ਦਾ ਹੁੰਦਾ, ਐਂਥਰਾਸਾਈਟ, ਵਿਟੂਮਿਨਸ, ਲਿਗਨਾਈਟ ਅਤੇ ਪੀਟ। ਹਾਂਜੀ, ਜਿਹੜਾ ਐਂਥਰਾਸਾਈਟ ਕੋਇਲਾ ਹੁੰਦਾ ਉਹ ਸਭ ਤੋਂ ਚੰਗੀ ਕਿਸਮ ਦਾ ਕੋਇਲਾ ਹੁੰਦਾ, ਇਸ ਵਿੱਚ ਕਾਰਬਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਅਤੇ ਸਭ ਤੋਂ ਘਟੀਆ ਕਿਸਮ ਦਾ ਕੋਇਲਾ ਹੁੰਦਾ ਜੀ ਪੀਟ, ਜਿਸ ਵਿੱਚ ਕਾਰਬਨ ਦੀ ਮਾਤਰਾ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਆਇਰਨ ਸਲਫਾਈਡ ਨੂੰ ਝੂਟਾ ਕੋਇਲਾ ਵੀ ਕਿਹਾ ਜਾਂਦਾ, ਇਹ ਤੁਸੀਂ ਯਾਦ ਰੱਖਣਾ ਹੈ, ਆਇਰਨ ਸਲਫਾਈਡ ਨੂੰ ਝੂਟਾ ਕੋਇਲਾ ਵੀ ਕਿਹਾ ਜਾਂਦਾ। ਹਾਂਜੀ, ਕੋਇਲਾ ਤੇਦਾਰ ਚਟਾਨਾਂ ਤੋਂ ਪ੍ਰਾਪਤ ਹੁੰਦਾ। ਚਲਦੇ ਹਾਂ ਨੈਕਸਟ ਕੁਸ਼ਚਨ ਵੱਲ। ਆਪਣਾ ਨੈਕਸਟ ਕੁਸ਼ਚਨ ਦਿੱਤਾ ਹੋਇਆ, ਮਨਸਬਦਾਰੀ ਪ੍ਰਣਾਲੀ ਦਾ ਸੰਸਥਾਪਕ ਕੌਣ ਸੀ? ਚਾਰ ਆਪਸ਼ਨ ਨੇ, ਫਸਟ ਹੈਗਾ ਜੀ ਬਾਬਰ, ਸੈਕਿੰਡ ਆਪਸ਼ਨ ਹੈਗਾ ਅਕਬਰ, ਥਰਡ ਆਪਸ਼ਨ ਹੈਗਾ ਜਹਾਂਗੀਰ, ਅਤੇ ਫੋਰਥ ਦਿੱਤਾ ਹੈ ਔਰੰਗਜ਼ੇਬ। ਹਾਂਜੀ, ਆਪਾਂ ਦੱਸਣਾ ਹੈ ਕਿ ਮਨਸਬਦਾਰੀ ਪ੍ਰਣਾਲੀ ਦਾ ਸੰਸਥਾਪਕ ਕੌਣ ਸੀ, ਤਾਂ ਇਸ ਕੁਸ਼ਚਨ ਦਾ ਕੁਰੈਕਟ ਆਂਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਅਕਬਰ। ਮਨਸਬਦਾਰੀ ਪ੍ਰਣਾਲੀ ਦਾ ਸੰਸਥਾਪਕ ਕੌਣ ਸੀ? ਅਕਬਰ। ਇਸ ਨਾਲ ਰਿਲੇਟਡ ਆਪਾਂ ਕੁਸ਼ਚਨ ਵੀ ਪੜ੍ਹ ਲੈਂਦੇ ਹਾਂ। ਮਨਸਬਦਾਰੀ ਪ੍ਰਣਾਲੀ ਜਿਹੜੀ 1571 ਈਸਵੀ ਵਿੱਚ ਅਕਬਰ ਨੇ ਮੀਰ ਬਖਸ਼ੀ ਸ਼ਾਹਬਾਜ਼ ਖਾਂ ਦੀ ਮਦਦ ਨਾਲ ਸੈਨਿਕ ਅਤੇ ਅਸੈਨਿਕ ਸੰਬੰਧੀ ਇਹ ਪ੍ਰਣਾਲੀ ਸ਼ੁਰੂ ਕੀਤੀ ਸੀ। ਇਸ ਦਾ ਅਰਥ ਹੈ ਪਦਵੀ ਜਾਂ ਸਥਾਨ। ਅਸਲ ਵਿੱਚ ਮੁਗਲ ਦਰਬਾਰ ਦਾ ਹਰ ਮਹੱਤਵਪੂਰਨ ਕਰਮਚਾਰੀ ਮਨਸਬਦਾਰ ਹੁੰਦਾ ਸੀ, ਭਾਵੇਂ ਉਹ ਕਵੀ ਹੋਵੇ, ਭਾਵੇਂ ਉਹ ਸੈਨਾਪਤੀ ਹੋਵੇ, ਭਾਵੇਂ ਬਾਕੀ ਜਿਹੜਾ ਮੈਂਬਰ ਹੋਵੇ। ਇਸ ਤੋਂ ਇਲਾਵਾ ਅਕਬਰ ਸਮੇਂ ਇਹਨਾਂ ਦੀ ਸ਼੍ਰੇਣੀ 31 ਸੀ, ਜਹਾਂਗੀਰ ਸਮੇਂ 34, ਸ਼ਾਹਜਹਾਂ ਸਮੇਂ 25, ਅਤੇ ਔਰੰਗਜ਼ੇਬ ਸਮੇਂ 27 ਸੀ। ਚਲਦੇ ਹਾਂ ਜੀ ਨੈਕਸਟ ਕੁਸ਼ਚਨ ਵੱਲ। ਨੈਕਸਟ ਕੁਸ਼ਚਨ ਆਪਣਾ ਦਿੱਤਾ ਹੋਇਆ, ਵਿਸ਼ਵ ਅਹਿੰਸਾ ਦਿਵਸ ਕਦੋਂ ਮਨਾਇਆ ਜਾਂਦਾ? ਚਾਰ ਆਪਸ਼ਨ ਨੇ, ਫਸਟ ਹੈਗਾ ਜੀ 14 ਸਤੰਬਰ, ਸੈਕਿੰਡ ਆਪਸ਼ਨ ਦਿੱਤਾ 2 ਅਕਤੂਬਰ, ਥਰਡ ਆਪਸ਼ਨ ਹੈਗਾ ਜੀ 1 ਮਈ, ਅਤੇ ਫੋਰਥ ਦਿੱਤਾ ਜੀ 10 ਦਸੰਬਰ। ਹਾਂਜੀ, ਵਿਸ਼ਵ ਅਹਿੰਸਾ ਦਿਵਸ ਤਾਂ ਇਹ ਬਣਾਇਆ ਜਾਂਦਾ ਜੀ 2 ਅਕਤੂਬਰ ਨੂੰ। ਇਸ ਕੁਸ਼ਚਨ ਦਾ ਆਪਸ਼ਨ ਨੰਬਰ ਬੀ ਆਪਣਾ ਕੁਰੈਕਟ ਹੋ ਜਾਵੇਗਾ। ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਕਿ 2 ਅਕਤੂਬਰ ਨੂੰ ਹੋਰ ਕਿਹੜਾ ਦਿਨ ਮਨਾਇਆ ਜਾਂਦਾ। ਚਲਦੇ ਹਾਂ ਨੈਕਸਟ ਕੁਸ਼ਚਨ ਵੱਲ। ਆਪਣਾ ਨੈਕਸਟ ਕੁਸ਼ਚਨ ਦਿੱਤਾ ਹੋਇਆ ਜੀ, ਜਨਸੰਖਿਆ ਦਾ ਅਧਿਐਨ ਕੀ ਅਖਵਾਉਂਦਾ ਹੈ? ਚਾਰ ਆਪਸ਼ਨ ਨੇ, ਫਸਟ ਹੈਗਾ ਜੀਓਗ੍ਰਾਫੀ, ਸੈਕਿੰਡ ਆਪਸ਼ਨ ਹੈਗਾ ਜੀ ਕਾਰਟੋਗ੍ਰਾਫੀ, ਥਰਡ ਆਪਸ਼ਨ ਹੈਗਾ ਡੈਮੋਗ੍ਰਾਫੀ, ਅਤੇ ਫੋਰਥ ਹੈਗਾ ਇਹਨਾਂ ਵਿੱਚੋਂ ਕੋਈ ਨਹੀਂ। ਹਾਂਜੀ, ਆਪਾਂ ਦੱਸਣਾ ਹੈ ਕਿ ਜਨਸੰਖਿਆ ਦਾ ਅਧਿਐਨ ਕੀ ਅਖਵਾਉਂਦਾ ਹੈ, ਤਾਂ ਇਸ ਕੁਸ਼ਚਨ ਦਾ ਆਪਣਾ ਸੀ ਆਪਸ਼ਨ ਕੁਰੈਕਟ ਹੋ ਜਾਵੇਗਾ, ਡੈਮੋਗ੍ਰਾਫੀ। ਹਾਂਜੀ, ਜਨਸੰਖਿਆ ਦਾ ਅਧਿਐਨ ਕੀ ਅਖਵਾਉਂਦਾ ਹੈ? ਡੈਮੋਗ੍ਰਾਫੀ। ਚਲਦੇ ਹਾਂ ਜੀ ਅੱਜ ਦੀ ਵੀਡੀਓ ਦੇ ਲਾਸਟ ਕੁਸ਼ਚਨ ਵੱਲ। ਲਾਸਟ ਕੁਸ਼ਚਨ ਆਪਣਾ ਦਿੱਤਾ ਹੋਇਆ, ਨੇਪਾਲ ਵਿੱਚ ਮਾਊਂਟ ਐਵਰੈਸਟ ਨੂੰ ਕੀ ਕਿਹਾ ਜਾਂਦਾ? ਵੈਰੀ ਇੰਪੋਰਟੈਂਟ ਕੁਸ਼ਚਨ ਹੈਗਾ। ਚਾਰ ਆਪਸ਼ਨ ਦਿੱਤੇ ਹੋਏ ਨੇ, ਫਸਟ ਹੈਗਾ ਜੀ ਮਾਊਂਟ ਐਵਰੈਸਟ, ਸੈਕਿੰਡ ਆਪਸ਼ਨ ਹੈਗਾ ਕੋਗੋ ਲੰਗਮਾ, ਥਰਡ ਆਪਸ਼ਨ ਹੈਗਾ ਜੀ ਸਾਗਰ ਮਾਥਾ, ਅਤੇ ਫੋਰਥ ਹੈਗਾ ਪੈਗੋਸ। ਹਾਂਜੀ, ਨੇਪਾਲ ਵਿੱਚ ਮਾਊਂਟ ਐਵਰੈਸਟ ਨੂੰ ਕੀ ਕਿਹਾ ਜਾਂਦਾ? ਤਾਂ ਨੇਪਾਲ ਵਿੱਚ ਮਾਊਂਟ ਐਵਰੈਸਟ ਨੂੰ ਕੀ ਕਿਹਾ ਜਾਂਦਾ ਜੀ? ਸਾਗਰ ਮਾਥਾ। ਇਸ ਕੁਸ਼ਚਨ ਦਾ ਆਪਸ਼ਨ ਨੰਬਰ ਸੀ ਆਪਣਾ ਕੁਰੈਕਟ ਹੋ ਜਾਵੇਗਾ। ਕੁਸ਼ਚਨ ਨਾਲ ਰਿਲੇਟਡ ਜਾਣਕਾਰੀ ਵੀ ਆਪਾਂ ਪੜ੍ਹ ਲੈਂਦੇ ਹਾਂ। ਮਾਊਂਟ ਐਵਰੈਸਟ ਜਿਸ ਦੀ ਹਾਈਟ ਕਿੰਨੀ ਹੈਗੀ ਜੀ? 8848 ਵਰਗ ਮੀਟਰ। ਯਾਦ ਰੱਖਣੀ ਹੈ ਤੁਸੀਂ, 8848 ਵਰਗ ਮੀਟਰ ਇਸ ਦੀ ਹਾਈਟ ਹੈਗੀ ਹੈ, ਅਤੇ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ। ਇਸ 'ਤੇ ਸਭ ਤੋਂ ਪਹਿਲਾਂ ਈ ਹਲੇਰੀ, ਜਿਹੜੇ ਕਿ ਨਿਊਜ਼ੀਲੈਂਡ ਦੇ ਨਿਵਾਸੀ ਸਨ, ਆਪਣੇ ਸਾਥੀ ਟੈਨਜਿੰਗ ਨੋਰਗੇ ਨਾਲ ਚੜ੍ਹੇ ਸੀ। ਅਵਤਾਰ ਸਿੰਘ ਚੀਮਾ ਇਸ 'ਤੇ ਚੜ੍ਹਨ ਵਾਲਾ ਪਹਿਲਾ ਭਾਰਤੀ ਸੀ, ਅਤੇ ਪਹਿਲੀ ਭਾਰਤੀ ਮਹਿਲਾ ਬਚਿੰਦਰੀ ਪਾਲ ਸੀ। ਹਾਂਜੀ ਫਰੈਂਡ, ਅੱਜ ਦੀ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਸਾਥੀਆਂ ਨਾਲ ਸ਼ੇਅਰ ਕਰਿਓ। ਇੱਕ ਵਾਰ ਫਿਰ ਤੋਂ ਕਹਿ ਦੇਣਾ, ਜਿਨ੍ਹਾਂ ਸਾਥੀਆਂ ਨੇ ਮੈਰਾਥਨ ਵਾਲੀ ਕਲਾਸ ਨਹੀਂ ਵੇਖੀ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬੋਕਸ 'ਚ ਤੁਹਾਨੂੰ ਲਿੰਕ ਮਿਲ ਜਾਏਗਾ, ਉੱਥੋਂ ਜਾ ਕੇ ਤੁਸੀਂ ਉਹ ਕਲਾਸ ਜ਼ਰੂਰ ਵੇਖਣੀ ਹੈ। ਹਾਂਜੀ ਫਰੈਂਡ, ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਪਹਿਲੀ ਵਾਰ ਸਾਡੀ ਵੀਡੀਓ ਵੇਖ ਰਹੇ ਹੋ, ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਨਾਲ ਲੱਗੇ ਬੈੱਲ ਆਈਕਨ ਨੂੰ ਵੀ ਪ੍ਰੈੱਸ ਕਰਨਾ,
ਜਿਸ ਦੇ ਨਾਲ ਤੁਹਾਨੂੰ ਸਾਡੀ ਹਰੇਕ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਮਿਲਦੀ ਰਹੇਗੀ। ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ, ਉਦੋਂ ਤੱਕ ਦੇ ਲਈ ਟੇਕ ਕੇਅਰ।